हाँ जी और कोई समान केड़ा केड़ा लिया फटाओ साड़ियाँ जो तैयारियां हो रही ने जान दिया किते थोड़ा सिलेंडर सारा काम खराब कर दूंगा अगे रख लें इन फिर गद्दियां रखिया ने अगे होर दसो की समान आलो इना रख का समान गड्डी हाँ तो है नहीं हूं इना समान कि मेनु ए नहीं समझ आता कल पाठ रखाया हो सुखमणि साहब का सवेरे तेली हम प्रेपरेशन हो रही ने ता करके हम हफड़ा दफड़ी मची हुई है मैं क्या इतने अंदर रूम च आ गई एक बार ब्लॉग शुरू कर ला ते अज कल पता नहीं की होया होया वैसे थोड़े नाल भी शायद हो रहा होना ठंड करके सवेरे सवेरे ना इन्ना औखा ना उठना सारे रेडी हो गए थे सब तो बाद मैं होया तो पिछले कई दिन तो हाँ सुस्ती वाला आलम छाया होया मेरे ते पता नहीं हुण किन्ने दिन होर चलूगा रात लेट हो जाता सौंदे 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 बड़ी लेट हो जाता तो उठते उठते बड़ा लेट हो जाता सारे सिस्टम ही हिल जाता वो जेडे हिसाब लोडेड है गल्ली बाती मैं बड़ी करतूती बड़ी जठानी चलो पहुंच गए डेस्टिनेशन ते छोटे होंदे कर देंदे जी आ डुले नहीं ना ले फड़ा एक मिनट इस आ देखो पानी है इच्छ हुण इहनू मैं उल्टा कर दूंगा फिर भी एक मिनट मैं तो कैमरे च ਛੋਟੇ ਹੁੰਦੇ ਮੋਟਰ ਤੋਂ ਐ ਪਾਣੀ ਭਰਨ ਭੇਜਦੇ ਹੁੰਦੇ ਸੀ ਐਂ ਕਰਦੇ ਹੁੰਦੇ ਸੀਗੇ ਵੀ ਡੁੱਲਦਾ ਹੀ ਨਹੀਂ ਹੁਣ ਇਹ ਚ ਪਾਣੀ ਆ ਹੁਣ ਓਏ ਆ ਦੇਖੋ ਪਾਣੀ ਡੁੱਲਿਆ ਨਾ ਹੁਣ ਐ ਨਹੀਂ ਡੁੱਲਦਾ ਪੁੱਠਾ ਹੋ ਗਿਆ ਵੀ ਇਹ ਕਿਹੜੀ ਕੀ ਗਿਆ ਮੈਂ ਮੇਰੇ ਨੂੰ ਕਮੰਡਲ ਹੈ ਸੈਂਟਰੀਫਿਗਲ ਫੋਰਸ ਨਾ ਉਹ ਨਹੀਂ ਪਤਾ ਮੈਂ ਇਹਨੂੰ ਕੀ ਕਹਿੰਦੇ ਇਹਨੂੰ ਨਹੀਂ ਵੀ ਆ ਗਿਰਦਾ ਕਿਉਂ ਨਹੀਂ ਜਾਂ ਪੁੱਠਾ ਵੀ ਹੋ ਜਾਂਦਾ ਉਹ ਨਹੀਂ ਯਾਦ चाचे लैन चलिया पिंडो हम निकल लगे ना घंटा अद्धा घंटा चाबी नहीं लभी चाबी लभी जाइए कित्थे है कित्थे है फिर सानू ऐ लगे कि पटियाले भी आई तो नहीं आ गए मतलब बिना चाबी तो यह कई बार ऐ भी हुंदा ना चाबी नेड़े तेड़े होवे तो गड्डी स्टार्ट हो जाती है पर विच होनी चाहिए उहदे लई ऐ नहीं नेड़े तेड़े नहीं हुंदी वी गड्डी दम विच होनी चाहिए है पर सानू लभ नहीं रही थी बेसिकली पर जब सारा गड्डी दा समान कढ़िया तो जिहड़ी मेरे कल पेंट पाई हुई सी वह लिफाफे च पई सी पिछे डिग्गी च
ਉਹ ਅੰਦਰ ਰੱਖਤੀ ਕਿਤੇ ਲਫਾਫੇ ਚੱਕ ਕੇ ਸਾਰਾ ਸਮਾਨ ਜਦ ਕੱਢਤਾ ਤਾਂ ਗੱਡੀ ਸਟਾਰਟ ਨਾ ਹੋਵੇ। ਸੋਚੀਏ ਚਾਬੀ ਕਿੱਥੇ ਪਹਿਲਾਂ ਤਾਂ ਆਰਾਮ ਨਾਲ ਐਵੇਂ ਸਟਾਰਟ ਹੋ ਗਈ ਸੀਗੀ ਤਾਂ ਫਿਰ ਲੱਭ ਲੁੱਭ ਕੇ ਐਂਡ 'ਚ ਜਾ ਕੇ ਬੈਗ 'ਚੋਂ ਜਾ ਕੇ ਕੱਲ ਵਾਲੀ ਪਿੰਡ ਦੀ ਜੇਬ 'ਚੋਂ ਫਿਰ ਚਾਬੀ ਨਿਕਲੇ। ਤਾਂ ਹੁਣ ਅੱਜ ਕੱਲ੍ਹ ਕੀਲੈਸ ਤਾਂ ਜਿਵੇਂ ਹੁਣ ਸਾਰੀਆਂ ਗੱਡੀਆਂ ਐਵੇਂ ਸਟਾਰਟ ਹੁੰਦੀਆਂ ਨੇ ਤਾਂ ਇਹਦੇ ਫਾਇਦੇ ਵੀ ਨੇ ਆਲੇ ਨੁਕਸਾਨ ਵੀ ਨੇ। ਇੱਕ ਵਾਰ ਇਹ ਤੋਂ ਹੀ ਮੈਨੂੰ ਪੁਰਾਣਾ ਕਿੱਸਾ ਯਾਦ ਆਉਂਦਾ। ਇੱਕ ਵਾਰ ਨਾ ਐਵੇਂ ਮੈਂ ਗੱਡੀ 'ਚ ਲਾ ਰਿਹਾ ਸੀਗਾ, ਪਾਪਾ ਪਿੱਛੇ ਦੂਜੀ ਗੱਡੀ ਜਾ ਰਹੇ ਸੀਗੇ ਤਾਂ ਉੱਥੋਂ ਅਸੀਂ ਆਪਸ 'ਚ ਗੱਡੀ ਇੱਕ ਦੂਜੇ ਨਾਲ ਚੇਂਜ ਕਰ ਲਈ। ਤਾਂ ਆਹ ਗੱਡੀ ਚਾਬੀ ਆ ਜਿਵੇਂ ਮੈਂ ਚਲਾ ਰਿਹਾ ਤਾਂ ਇਹਦੀ ਚਾਬੀ ਮੇਰੇ ਜੇਬ 'ਚ ਹੀ ਸੀ। ਜਦੋਂ ਇਹ ਸਟਾਰਟ ਹੀ ਹੈ ਮਤਲਬ ਇੱਕ ਵਾਰ ਸਟਾਰਟ ਕਰਨ ਵੇਲੇ ਹੀ ਗੱਡੀ ਚਾਹੀਦੀ ਚਾਬੀ ਚਾਹੀਦੀ ਹੁੰਦੀ ਵਿੱਚ, ਤਾਂ ਬਾਅਦ 'ਚੋਂ ਜਦ ਮੈਂ ਚਲੇ ਗਿਆ ਇੱਥੋਂ ਗੱਡੀ ਮਤਲਬ ਦੂਜੀ ਗੱਡੀ 'ਚ ਚਲੇ ਗਿਆ ਪਾਪਾ, ਮੈਂ ਤੋਂ ਆਹ ਗੱਡੀ ਲੈ ਗਈ ਐਜ਼ ਅ ਸਟਾਰਟ ਹੀ। ਅਤੇ ਅੱਗੇ ਜਾ ਕੇ ਜਿੱਥੇ ਉਹਨਾਂ ਨੇ ਮਾਰਕੀਟ 'ਚ ਜਾ ਕੇ ਬੰਦ ਕੀਤੀ ਗੱਡੀ, ਮੁੜ ਕੇ ਜਦ ਔਨ ਕਰਨ ਚਾਬੀ ਤਾਂ ਕਿਉਂਕਿ ਹੈ ਨਹੀਂ ਸੀ, ਮੁੜ ਕੇ ਔਨ ਨਾ ਹੋਵੇ ਤਾਂ ਇੱਦਾਂ ਹੋ ਜਾਂਦਾ ਕਈ ਵਾਰ। ਟੇਪ ਫੜਾਉਣ ਆਇਆ ਸੀ ਪਾਪਾ ਨੂੰ ਚੋਕਲੇਟ ਦਾ ਰੈਪਰ ਜਿਹਾ ਗਿਰਿਆ ਪਿਆ ਸੀਗਾ, ਮੈਂ ਕਿਹਾ ਤੇਰੇ ਵਾਸਤੇ ਚੋਕਲੇਟ ਲਿਆ ਖਾਸਾ ਟਾਈਮ, ਉਹਨੂੰ ਐਂ ਕਰੀ ਗਏ ਦੰਨਿਆ ਕੋਈ ਨਾ ਪੜ੍ਹ ਲੈ ਹਲੇ ਪੜ੍ਹ ਲੈ ਖਾਸਾ ਟਾਈਮ। ਉਹਨੂੰ ਉਹ ਤੋਂ ਬਾਅਦ ਜਦ ਖੋਲ ਕੇ ਦੇਖਿਆ ਵਿੱਚ ਉਹਦਾ ਕੁੱਜਾ ਜਿਹਾ ਪਾਇਆ ਹੋਇਆ ਸੀ, ਖਾਲੀ ਨਿਕਲਿਆ ਅੰਦਰੋਂ ਹੁਣ ਉਤਰ ਗਿਆ। ਹੁਣ ਚੱਲ ਮੈਂ ਸੋਚਦਾ ਜਾਂਦੇ ਦੇਖਦਾ ਉਹਦਾ ਡਰ ਗਿਆ ਆਇਆ ਹੈ ਨੀ ਚੱਕ ਲਾ ਤੂੰ ਕੁਛ ਨੀ ਕਹਿੰਦਾ ਆਇਆ ਡਰਦਾ ਕਿਉਂ ਹੈ ਨੇੜੇ ਆ ਕੇ ਭੱਜ ਕੇ ਡਰ ਗਿਆ ਹੁਣ ਮੈਂ ਫਿਰ ਗਿਆ ਸੀ ਹਰੀ ਦੁਕਾਨ ਤੇ ਲੈਣ, ਮੈਂ ਚੱਲ ਉਦੋਂ ਤਾਂ ਇਹਦੇ ਨਾਲ ਮਜ਼ਾਕ ਕਰਤਾ ਪਰ ਹੁਣ ਦੁਕਾਨ ਹੀ ਬੰਦ ਸੀ। ਚੱਲ ਥੱਲੇ ਕਿਉਂ ਸੁੱਟਦਾ, ਇੰਨੀ ਜਾਨ ਵੀ ਨਹੀਂ ਹੈਗੀ ਉਹ ਤੇ ਦੂਜੀ ਗੱਡੀ 'ਚ। ਸਮਾਨ ਆਪਣੇ ਪਿੰਡਾਂ ਦੇ ਗੁਰਦੁਆਰੇ ਤੋਂ ਹੀ ਲਿਆਉਣਾ, ਸਮਾਨ ਕਰ ਲਿਆ ਆਪਣੀ ਆ ਰਹੀ ਹੈ ਧਿਆਨ ਰੱਖਣਗੇ ਜੇ ਕੁਛ ਗਿਰ ਗਿਆ। ਮੈਂ ਕਹਿੰਦਾ ਉਰੀ ਲਾ ਦਿੰਦਾ ਮੂਹਰੇ ਆਰਾਮ ਨਾਲ ਲਾ ਦਿੰਦਾ। ਉਧਰ ਗਿਆ ਉਧਰ ਸਮਾਨ ਰੱਖਤਾ ਸੀ ਉਧਰ ਤੇ ਉਧਰ ਪਾਪਾ ਹੋਰੀ ਧੂਣੀ ਇਧਰ ਪਾਪਾ ਹੋਰੀ ਧੂਣੀ ਸਿੱਕਣ ਲੱਗੇ ਹੋਏ ਆ। ਅੱਜ ਤਾਂ ਸਾਰਾ ਟਾਈਮ ਇਧਰ ਸਮਾਨ ਢੋਣ ਤੇ ਹੀ ਲੱਗ ਰਿਹਾ, ਵਲੌਗ ਬਣਾਉਣ ਦਾ ਤਾਂ ਜਮੀ ਟਾਈਮ ਨਹੀਂ ਲੱਗ ਰਿਹਾ। ਬੇਬੇ ਭੱਠੀ ਕਿੱਧਰ ਹੈ, ਉਹਦਾ ਉੱਥੇ ਹੀ ਨੇ ਖਰਚ ਵੀ ਗਿਆ ਖਰਚ ਵੀ ਉੱਥੇ ਹੀ ਸਿਲੰਡਰ ਵੀ ਆ
तरली लिया फिर फाइनली मैं कुछ खान इत्थे ही है मेरी जेब च इत्थे भी है देखते हैं ना इधर कहनु है जेब च है खत्म गड्डी जाके बैठे हुण व्लॉग एडिट कर रहे हैं। पापा होरी बैठे धूनी सेकन लगे हुए हैं। उषा होरी अंदर रोटी बना रही ने ते बाद तो बाद फिर सारा सफाई सफुई करनी है दरिया दूरिया बिछाउणियां ने। बड़ा फटाफट मैं हुण व्लॉग एडिट किया तो मैं ऐसा कंटिन्यूटी खत्म ना हो जाए। तो चलो फिर हम मिलते हैं कल।